ਚਾਹੋਗੇ ਸਭ ਅਦਾਲਤਾਂ 'ਤੇ ਯਕੀਨ ਹੈ, ਜੋ ਪਰਮਾਤਮਾ ਕਰੂਗਾ ਅਦਾਲਤਾਂ ਕਰਨਗੀਆਂ, ਠੀਕ ਹੀ ਕਰੂੰਗਾ। ਥੈਂਕ ਯੂ। ਪੁਲਿਸ ਨੇ 3 ਦਿਨ ਦਾ ਰਿਮਾਂਡ ਮੰਗਿਆ ਸੀਗਾ, 2 ਦਿਨ ਦਾ ਰਿਮਾਂਡ 24 ਤਰੀਕ ਨੂੰ ਦੁਬਾਰਾ ਪੇਸ਼ ਕਰਨਾ ਕੋਰਟ ਦੇ ਵਿੱਚ। ਕੀ ਉਹਨਾਂ ਨੇ ਤਾਂ ਸਿਰਫ ਅੱਜ ਮੈਡੀਕਲ ਗਰਾਊਂਡ 'ਤੇ ਪੁੱਛ ਦੱਸ ਤਾਂ ਕੁਛ ਰਹੀ ਨਹੀਂ ਸੀ, ਉਹ ਕਹਿੰਦੇ ਮੈਡੀਕਲੀ ਅਨਫਿਟ ਹੋਣ ਕਰਕੇ ਅਸੀਂ ਪੁੱਛ ਨਹੀਂ ਸਕੇ, ਅਤੇ ਉਹਦੀ ਕੋਈ ਉਹਨਾਂ ਨੇ ਤੱਥ ਨਹੀਂ ਪੇਸ਼ ਕੀਤੇ, ਅਤੇ ਸਿਰਫ ਉਹਨਾਂ ਨੇ ਜਿਹੜਾ ਹੈਗਾ 2 ਦਿਨਾਂ ਦਾ, 3 ਦਿਨਾਂ ਦਾ ਰਿਮਾਂਡ ਮੰਗਿਆ ਸੀ ਅਤੇ 2 ਦਿਨ ਦਾ ਇਹਨਾਂ ਨੂੰ ਦਿੱਤਾ, 24 ਤਰੀਕ ਨੂੰ ਦੁਬਾਰਾ ਕੋਰਟ ਵਿੱਚ ਪੇਸ਼ ਕਰਨਾ। ਕਿੰਨਾ ਟਾਈਮ ਬਹਿਸ ਚੱਲੀ ਆ ਔਰ ਬਚਾਅ ਪੱਖ ਵੱਲੋਂ ਕਿਹੜੇ ਕਿਹੜੇ ਜਿਹੜੇ ਅੱਜ? ਅਸੀਂ ਤਾਂ ਇਹ ਕਿਹਾ ਵੀ ਜੋ ਇਹਨਾਂ ਦੀ ਤਫਤੀਸ਼ ਸੀ, ਅਸੀਂ 11 ਵਾਰ ਪੇਸ਼ ਹੋ ਚੁੱਕੇ ਹਾਂ, ਅਤੇ 11 ਵਾਰ ਅਸੀਂ ਜੋ ਡਾਕੂਮੈਂਟ ਇਹਨਾਂ ਨੇ ਮੰਗੇ ਉਹ ਅਸੀਂ ਸਾਰੇ ਪ੍ਰੋਵਾਈਡ ਕਰਵਾ ਦਿੱਤੇ ਆ, ਅਤੇ ਹੋਰ ਸਾਡੇ ਤੋਂ ਕੁਛ ਵੀ ਪੁੱਛਣਾ ਨਹੀਂ। ਸਾਡਾ ਪਬਲਿਕ ਡਾਕੂਮੈਂਟ ਆ ਸਾਰੇ, ਜੋ ਅਸੀਂ ਐਫੀਡੇਵਿਟ 2022 ਅਤੇ 17 'ਚ ਫਾਈਲ ਕੀਤਾ, ਉਦੋਂ ਬਾਅਦ ਸਾਡੀ ਇਨਕਮ 'ਚ ਕੁਛ ਵੀ ਨਹੀਂ ਹੈਗਾ, ਅਤੇ ਜੋ ਵੀ ਹੈ ਸਾਡਾ ਉਹ ਇਨਕਮ ਟੈਕਸ ਦੇ ਵਿੱਚ ਅਸੈਸਡ ਹੈ ਪ੍ਰੋਪਰਟੀ ਸਾਰੀ, ਸਾਡੇ ਕੋਲ ਕੁਛ ਵੀ ਨਹੀਂ ਹੈਗਾ ਉਹਦੇ ਉਹ ਤੋਂ ਫਾਲਤੂ, ਅਤੇ ਨਾ ਹੀ ਅੱਜ ਤੱਕ